ਅੱਛਾ ਉਹਨੇ ਹੰਕਾਰੀ ਰਾਜਾ ਕਿਹਾ। ਮੈਂ ਪੁੱਛਣਾ ਚਾਹੁੰਦਾ ਸੁਖਬੀਰ ਬਾਦਲ ਸਿਆਂ ਸਾਹਮਣੇ ਖੜਾ ਨਾ ਦੇਖੀ ਮੇਰੀ ਗੱਲ, ਤੁਸੀਂ ਕਿਹਾ ਹੰਕਾਰੀ ਰਾਜਾ, ਰਾਣਾ ਗੁਰਜੀਤ ਸਿੰਘ ਮਰਦਬੰਦਾ ਜੀ ਨੇ ਅਸਤੀਫਾ ਦਿੱਤਾ ਔਰ ਕਾਂਗਰਸ ਪਾਰਟੀ ਨੇ ਪਰੰਪਰਾ ਅਨੁਸਾਰ ਉਸ ਨੂੰ ਮਨਜ਼ੂਰ ਕੀਤਾ ਹੈ ਔਰ ਹੁਣ ਵਾਰੀ ਹੈ ਸੁਖਪਾਲ ਸਿੰਘ ਖਹਿਰੇ ਦੀ, ਜਿਹੜਾ ਅਦਾਲਤਾਂ ਦਾ ਮੁਕਾਬਲਾ ਕਰ ਰਿਹਾ ਹੈ, ਪੇਸ਼ੀਆਂ ਭੁਗਤ ਰਿਹਾ ਹੈ ਔਰ ਉਹ ਹੁਣ ਅਸਤੀਫਾ ਦੇਵੇ, ਜੇ ਜਰਾ ਜਿੰਨੀ ਵੀ ਉਹਨੂੰ ਮਾੜਾ ਮੋਟਾ ਵੀ ਦੇ ਮਨ ਦੇ ਵਿੱਚ ਕੋਈ ਪਿਆਰ ਹੈ ਪੰਜਾਬ ਔਰ ਅਣਖ ਨਾਲ, ਉਹਨੂੰ ਅਸਤੀਫਾ ਦੇਣਾ ਚਾਹੀਦਾ। ਦੂਸਰੀ ਗੱਲ ਰਹਿ ਗਈ ਹੁਣ ਸੁਖਬੀਰ ਸਾਹਿਬ ਤੇਰੀ, ਤੇਰੀ ਗੱਲ ਇਹ ਹੈ 10 ਸਾਲ ਲਗਾਤਾਰ ਪੰਜਾਬ ਨੂੰ ਜਿੱਥੇ ਲੁੱਟਿਆ ਔਰ ਕੁੱਟਿਆ ਉੱਥੇ ਤੇਰੇ ਵੀ ਵਜ਼ੀਰ ਕਿੰਨੇ 6-7 ਦੇ ਦਾਗ ਲੱਗੇ, ਸਮਾਇਕ ਦੇ ED ਦੇ ਮਗਰ ਮਗਰ ਫਿਰਦੀ ਸੀ, ਪਰ ਲੇਕਿਨ ਬੁੜੀ ਦਿਆ ਪੁੱਤਾ ਤੈਂ ਕੀ ਕੀਤਾ, 4 ਵਜ਼ੀਰ ਜਿਹੜੇ SC ਭਾਈਚਾਰੇ ਨਾਲ ਸੀ ਉਹਨਾਂ ਤੋਂ ਅਸਤੀਫੇ ਲਏ, 4 ਜਿਹੜੇ SC ਸੀਗੇ ਮੈਂ ਤਾਂ ਕੰਨ ਖੋਲ੍ਹ ਕੇ ਸੁਣ ਲਈ, ਹੁਣ ਐਸੀਆਂ ਤੋਂ ਲਏ ਅਸਤੀਫੇ, ਨਾ ਤਾਂ ਮਲੂਕੇ ਤੋਂ ਅਸਤੀਫਾ ਲਿਆ, ਪਤਾ ਨਹੀਂ ਤੇਰਾ ਸਾਂਢੂ ਲੱਗਦਾ ਅਤੇ ਪਤਾ ਨਹੀਂ ਤੇਰਾ ਰਿਸ਼ਤੇਦਾਰ ਲੱਗਦਾ, ਨਾ ਤਾਂ ਆਪਣੇ ਸਾਲੇ ਤੋਂ ਅਮਰੀਕਾ ਤੱਕ ਲੋਕ ਕਹਿੰਦੇ ਰਹੇ ਵਾਹ ਮਜੀਠਿਆ ਤੈਂ ਜਵਾਨੀ ਖਰਾਬ ਕਰਤੀ ਪੰਜਾਬ ਦੇ ਲੋਕਾਂ ਦੀ, ED ਮਗਰ ਮਗਰ ਤੂੰ ਆਪਣੇ ਘਰਵਾਲੀ ਤੋਂ ਡਰਦਾ ਰਿਹਾ, ਬਾਦਲ ਸਾਹਿਬ ਤੇਤੋਂ ਡਰਦੇ ਰਹੇ, ਮੂੰਹ 'ਚ ਘੁੰਗਣੀਆਂ ਪਾਈ ਬੈਠੇ ਰਹੇ, ਮਜੀਠੀਆ ਸਾਹਿਬ ਤੋਂ ਡਰਦੇ ਹੋਏ ਅਸਤੀਫਾ ਨਹੀਂ ਲੈ ਸਕੇ, ਇਹ ਤਾਂ ਤੁਹਾਡੀ ਕਹਾਣੀ ਹੈ। ਮੈਂ ਪੰਜਾਬ ਦੇ SC ਲੋਕਾਂ ਨੂੰ ਕਹਾਂ ਬੇਨਤੀ ਕਰਕੇ, ਐਸੇ ਮਾੜੇ ਲੋਕਾਂ ਦੀ ਪਾਰਟੀ 'ਚ ਰਹਿਣ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ, ਜਦੋਂ ਪਾਰਸ਼ੈਲਿਟੀ ਹੋਵੇ ਆਪਣਿਆਂ ਨੂੰ ਬਚਾਉਣ ਵਾਸਤੇ ਦੂਜਿਆਂ ਨੂੰ ਸੂਲੀ 'ਤੇ ਟੰਗ ਦਿੰਦੇ ਨੇ, ਉਹ ਵੀ ਗਰੀਬ ਲੋਕਾਂ ਨੂੰ, ਸਾਰੇ ਸ਼ਡਿਊਲ ਕਾਸਟਾਂ ਨੂੰ ਤੁਸੀਂ ਅਸਤੀਫੇ ਲਏ ਸੀ, ਹੁਣ ਦਬਾਅ ਦਿਓ ਇਹਦਾ।